ਦੀਪ ਸਿੰਘ ਹੈ ਮੇਰਾ ਨਾਮ। ਕੀ ਦੇਖਿਆ ਤੁਸੀਂ ਇੱਥੇ ਜਦੋਂ ਉੱਥੇ ਪਹੁੰਚੇ ਜੀ? ਅਸੀਂ ਜਦੋਂ ਅਸੀਂ ਪਰੇ ਨੂੰ ਇਹ ਬੰਨੇ ਨੂੰ ਸਾਡੀ ਪੇਠੀ ਜੇ ਬੰਨੇ ਬਲਾਸਟ ਹੋਇਆ, ਮਤਲਬ ਵੀ ਆਵਾਜ਼ ਸਾਨੂੰ ਸੁਣ 'ਚ ਆਈ ਆ ਇੱਕਦਮ ਬਹੁਤ। ਅਤੇ ਜਦੋਂ ਆਪਾਂ ਇੱਧਰ ਨੂੰ ਸਾਡੀ ਪੇਠੀ ਸੀ, ਪੇਠ ਦੇ ਵਿੱਚ ਨਾ ਕੋਈ ਕੈਂਕਰਾਂ ਜੀ ਆਣ ਕੇ ਵੱਜੀਆਂ ਸਾਡੇ ਸਾਰਿਆਂ ਦੇ। ਅਤੇ ਇੱਥੇ ਨਾ ਆਪਾਂ ਜਦੋਂ ਇੱਧਰ ਨੂੰ ਮੂੰਹ ਕੀਤਾ, ਸਾਹਮਣੇ ਆਟੋ ਖਲੋਤਾ, ਇਹ ਲੜਕੀਆਂ ਆਈਆਂ ਹੀ ਆਈ ਬਾਹਰੋਂ ਕੋਈ ਦਰਸ਼ਨ ਕਰਨ ਨਾ, ਉਹਨਾਂ ਦੇ ਨਾ ਵੱਜਦੇ ਆ ਜੋ ਕੱਚ ਕੇ ਪਤਾ ਨਹੀਂ ਕੀ ਵੱਜਾ ਹੁਣ ਉਹਨਾਂ ਦੇ ਸਾਰਾ ਨਾ ਇੱਥੇ ਆਪਣਾ ਬਾਹਾਂ ਤੋਂ ਹੱਥਾਂ ਤੋਂ ਵੱਜਦਾ ਵਾ, ਅਤੇ ਉਹ ਮਤਲਬ ਉਹਨਾਂ ਦਾ ਹੱਥ ਹੁੱਥ ਪਾੜ ਜਾਂਦੇ ਉਹਦੇ ਨਾਲ। ਅਤੇ ਜਦੋਂ ਆਪਾਂ ਇਹਨੂੰ ਵੇਖਿਆ ਇੱਕਦਮ ਬਲਾਸਟ ਹੋਇਆ ਨਾ, ਜਦੋਂ ਅੱਗ ਜੀ ਉੱਪਰ ਨੂੰ ਗਈ ਆ ਅਤੇ ਅੱਗ ਤੋਂ ਜਲਦੀ ਧੂੰਏ 'ਚ ਅਤੇ ਬਾਇਓ ਸਮੈਲ ਜੀ ਆਉਣ ਲੱਗੀ ਜਿੱਦਾਂ ਆਪਣੀ ਪਟਾਸ ਦੀ ਹੁੰਦੀ ਹੈ। ਕਿੰਨੇ ਕੁ ਬੰਦੇ ਇੱਥੇ ਜ਼ਖਮੀ ਹੋਏ ਨੇ? ਇਹੋ 10-12 ਲੜਕੀਆਂ ਸੀ, ਉਹਨਾਂ 'ਚੋਂ ਪਤਾ ਨਹੀਂ ਉਹਨੇ ਕਿੰਨੇ ਜ਼ਖਮੀ ਹੋਏ। ਦੋਵਾਂ ਤਿੰਨਾਂ ਦੇ ਨਾਲ ਆਪਾਂ ਜਾ ਕੇ ਦਵਾਈ ਲੈ ਕੇ ਪੱਟੀਆਂ ਕਰਵਾ ਕੇ। ਹਾਂਜੀ, ਕੀ ਲੱਗਦਾ ਕਿ ਬੰਬ ਬਲਾਸਟ ਹੋਇਆ ਜਾਂ ਕੀ? ਨਹੀਂ ਹੁਣ ਇਹ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ, ਇੱਕਦਮ ਠਾ ਜੇ ਦੀ ਆਵਾਜ਼ ਆਈ ਆ ਅਤੇ ਉਹ ਤੋਂ ਬਾਅਦ ਇੱਕ ਲਾਟ ਜੀ ਨੰਗੀ ਉੱਪਰ ਅੱਗ ਦੀ, ਅਤੇ ਉਹ ਤੋਂ ਵੇਖਿਆ ਦੇ ਬਾਅਦ ਧੂੰਆਂ ਜਿਹਾ ਹੈਗਾ, ਸਮੈਲ ਜੀ ਆਉਣ ਲੱਗ ਪਈ ਪਟਾ। ਕਰਨਦੀਪ ਸਿੰਘ ਜੀ, ਅਸੀਂ ਤਾਂ ਸਾਹਮਣੇ ਬੈਠੇ ਆ ਤੇ ਆਪਣਾ ਮੂੰਹ ਭਰੇ ਨੂੰ ਹੀ, ਤੇ ਅਚਾਨਕ ਖੜਾਕ ਹੁੰਦਾ ਆ ਤੇ ਸਾਡੀ ਪਿੱਠ ਤੇ ਆਣ ਕੇ ਕੈਂਕਰਾਂ ਵੱਜਦੀਆਂ ਤੇ ਸਾਰੇ ਜਣੇ ਦੀਆਂ ਚੀਕਾਂ ਨਿਕਲ ਗਈਆਂ ਇੱਥੋਂ। ਤੇ ਸਾਰੇ ਜਣੇ ਕੁਝ ਆਪਣੇ ਬਾਹਰੋਂ ਆਏ ਸੀ, ਇੱਥੇ ਲੰਘਦੇ ਪਏ ਸੀ, ਪੰਚਕੂਲਾ ਤੋਂ ਆਏ ਸੀ, ਉਹ ਲੇਡੀ ਸੀ ਕੋਈ ਸਕੂਲ ਵੱਲੋਂ ਆਈਆਂ ਸੀ, ਤੇ ਉਹਨਾਂ ਦੇ ਹੱਥਾਂ ਹੱਥਾਂ ਤੇ ਆਪਣੇ ਕੈਂਕਰਾਂ ਵੱਜੀਆਂ, ਕੋਈ ਸਾਡੇ ਵੱਜੀਆਂ ਵੀ, ਸਾਡੇ ਦੂਰ ਸੀ ਥੋੜ੍ਹਾ, ਦਰਖਤ ਸੀ ਉਹਨਾਂ ਕਰਕੇ ਬਚਾਅ ਹੋ ਗਿਆ। ਅਤੇ ਬਾਕੀ ਜਦੋਂ ਅਸੀਂ ਮੁੜ ਕੇ ਦੇਖਿਆ ਬਹੁਤ ਧੂੰਆਂ ਸੀ, ਅਤੇ ਜਿੱਦਾਂ ਅੱਗ ਦਾ ਗੋਲਾ ਹੀ ਤਾਂ ਨੂੰ ਚੜ੍ਹਦਾ ਦੇਖਿਆ ਸੀ, ਵੀ ਅੱਗ ਦਾ ਜਿਵੇਂ ਤਾਂ ਨੂੰ ਚੜ੍ਹਦੀ ਹੈ ਨਾ, ਉਹ ਚੀਜ਼ ਜ਼ਮੀਨ ਤੋਂ ਤਾਂ ਜਾਂਦੀ ਦੇਖੀ ਅਸੀਂ, ਇਹੋ ਹੀ ਦੇਖਿਆ ਜੀ। ਬਸ ਕੋਈ ਕਹਿ ਨਹੀਂ ਸਕਦੇ ਹੈ ਬਲਾਸਟ ਸੀ, ਇਹ ਨਹੀਂ ਕਹਿ ਸਕਦੇ ਵੀ ਕਾਹਦਾ ਬਲਾਸਟ ਸੀ, ਕੋਈ ਸਿਲੰਡਰ ਫਟਿਆ ਵੀ ਕਹਿ ਦਿੰਦਾ, ਕੋਈ ਕੁਝ ਕਹਿ ਰਿਹਾ, ਕੋਈ ਸਾਨੂੰ ਨਹੀਂ ਪਤਾ ਇਸ ਚੀਜ਼ ਬਾਰੇ। ਹਾਂਜੀ, ਕੀ ਨਾਮ ਤੇਰਾ? ਸੋਨੂੰ ਰਾਜਪੂਰ। ਹਾਂ, ਕੀ ਕਰਨ ਦਿਆ ਹੈਗਾ ਇੱਥੇ? ਮੈਂ ਸੁੱਤਾ ਪਿਆ ਸਰ। ਕੀ ਹੋਇਆ? ਬਸ ਇੱਕ ਵਾਰੀ ਬਲਾਸਟ ਹੋਇਆ, ਬਸ ਪਟਾ ਕਰਦਾ ਆਵਾਜ਼ ਆਈ ਹੈ, ਅਤੇ ਐ ਨਹੀਂ ਪਤਾ ਕੀ ਹੋਇਆ ਕੀ ਨਹੀਂ, ਸਿੱਧਾ ਆਣ ਕੇ ਮੇਰੇ ਪਟਾ, ਮੈਂ ਜਦੋਂ ਮੈਂ ਉੱਠਿਆ ਵਾਂ ਅਤੇ ਨਾਲ ਹੀ ਮੈਂ ਪਟ ਰੱਖਿਆ, ਛਿੱਲਿਆ ਗਿਆ ਪਟ ਨਾਲ ਹੀ, ਡੂੰਘਾ ਆਈ ਗਿਆ ਮੇਰੇ ਸਰ, ਹੋਰ ਕੁਛ ਨਹੀਂ ਹੋਇਆ। ਚੱਲ, ਪੁਲਿਸ ਆਈ ਹੈ, ਕੋਈ ਪਤਾ ਲੱਗਾ? ਪੁਲਿਸ ਆਈ ਹੈ, ਮੈਨੂੰ ਲੈ ਕੇ ਗਏ, ਕਿੰਨੇ ਪਰ ਪੱਟੀ ਕਰਾ ਦਿੰਦੇ ਆ, ਪੱਟੀ ਲੈ ਕੇ ਅੱਛਾ ਨਹੀਂ ਕਰਵਾਈ ਉਹਨਾਂ ਨੇ, ਅਤੇ ਨਾਲ ਹੀ ਬਲਾਸਟ ਹੋਇਆ ਇੱਕ ਵਾਰੀ ਸਰ, ਸਰ ਸਾਰਾ ਖਿਲਾਰ ਪਿਆ ਬਿਲਕੁਲ ਉੱਤੇ, ਹੋਰ ਕੁਛ ਨਹੀਂ ਸਰ। ਹਾਂਜੀ ਸਰ, ਇੱਥੇ ਹੀ ਨਹੀਂ ਹੋਟਲ ਲੇ, ਆਪਣਾ ਦਿਲ ਕਰਿਆ ਤੁਸੀਂ ਇੱਥੇ ਹੀ ਨਹੀਂ ਹੋਟਲ ਲੇ, ਜਿਹੜੇ ਮਰਜ਼ੀ ਘਰ ਬਾਹਰ ਨਹੀਂ ਗਾ ਸਰ, ਆਪਣਾ ਇੱਥੇ ਹੀ ਸੁਣ ਲਓ। ਲੱਗਾ ਕੁਛ ਹਲੇ ਕੀ ਹੋਇਆ? ਹਾਂਜੀ, ਪਤਾ ਲੱਗੇ ਲੱਗ ਪਤਾ ਨਹੀਂ, ਕਹਿੰਦੇ ਸ਼ੀਸ਼ੇ ਟੁੱਟੇ ਆ, ਪਤਾ ਤਾਂ ਕੋਈ ਗੱਲ ਨਹੀਂ, ਥੋੜ੍ਹਾ ਤਾਂ ਕੁਝ ਜੀ ਦੀ, ਪਰ ਕਹਿ ਰਹੇ ਜੀ ਕਾਫੀ ਸਾਰੀ ਆਵਾਜ਼ ਆਈ ਵੀ ਜਿੱਦਾਂ ਬਲਾਸਟ ਹੋਇਆ ਹੁੰਦਾ। ਨਹੀਂ, ਗੋਪਾਲ ਲਾਸਟ ਬਲੂਟ ਦੀ ਕੋਈ ਗੱਲ ਨਹੀਂ। ਹਾਂਜੀ, ਕੀ ਵੈਰੀਫਾਈ ਕੀਤਾ ਜਲੇ? ਪਤਾ ਨਹੀਂ, ਅਸੀਂ ਦੋਣੇ ਆਏ, ਚੈਕਿੰਗ ਆ ਸਾਡੀ, ਅਸੀਂ ਉੱਧਰ ਆਏ। ਹਾਂਜੀ, ਮੈਂ ਆਣ ਕੇ ਮੌਕਾ ਦੇਖਿਆ, ਇਹ ਮਤਲਬ ਜਿਹੜਾ ਪਾਰਕਿੰਗ ਹੈ ਇਹਦਾ ਮਤਲਬ ਸ਼ੀਸ਼ਾ ਟੁੱਟਿਆ ਹੋਇਆ, ਅਤੇ ਕੋਈ ਇਹੋ ਜਿਹੀ ਬਲਾਸਟ ਵਾਲੀ ਜਿਹੜੀ ਹੈ ਇੱਥੇ ਚਿਮਨੀ ਜਾਂਦੀ ਹੈ, ਕਿ ਰੈਸਟੋਰੈਂਟ ਹੈ ਨਾਲ, ਉਹ ਚਿਮਨੀ ਹੈ ਜਿਹੜਾ ਉਹ ਗਰਮ ਆ, ਮਤਲਬ ਹੋਣ ਕਰਕੇ ਜੇ ਅੰਦਰ ਕੋਈ ਗੈਸ ਬਣ ਗਈ ਉਹਦੇ ਕਰਕੇ ਇਹ ਸ਼ੀਸ਼ਾ ਟੁੱਟਿਆ ਹੋ ਸਕਦਾ। ਹੋਰ ਕੋਈ ਜਿਸ ਤਰ੍ਹਾਂ ਦਾ ਕੋਈ ਬੰਬ ਧਮਾਕੇ ਵਾਲੀ ਗੱਲ ਹੈ, ਉਹ ਕੋਈ ਇੱਥੇ ਇਕਿਊਪਮੈਂਟ ਕੋਈ ਨਜ਼ਰ ਨਹੀਂ ਆਇਆ, ਅਫਵਾਹ ਹੀ ਹੈ। ਜਿੱਦਾਂ ਲੋਕਾਂ ਨੇ ਸਰ ਇੱਕ ਲੋਕਾਂ ਨੇ ਦੇਖਣ 'ਚ ਇੱਥੇ ਦੱਸਿਆ ਕਿ ਜਿੱਦਾਂ ਇੱਥੇ ਜਦੋਂ ਬਲਾਸਟ ਹੋਇਆ ਸੀ, ਬਲਾਸਟ ਦੀ ਗੱਲ ਕਰ ਰਹੇ ਆ ਕਿ ਕਾਫੀ ਧੂੰਆਂ ਵੀ ਹੋ ਗਿਆ ਸੀਗਾ, ਜੇ ਗੈਸ ਦੀ ਗੱਲ ਕਰੀਏ ਤਾਂ ਗੈਸ ਨਾਲ ਧੂੰਆਂ ਨਹੀਂ ਹੁੰਦਾ ਕਿ ਜੇ ਬਲਾਸਟ ਕਾਫੀ ਆਵਾਜ਼ ਆਈ ਹੈ। ਧੂੰਆਂ ਵੈਸੇ ਜਿਹੜੀ ਉਹ ਚਿਮਨੀਆਂ ਨੇ ਨਾ, ਉਹ ਚਿਮਨੀਆਂ ਦੀ ਗੈਸ ਵੀ ਹੋ ਸਕਦੀ। ਠੀਕ ਹੈ ਜੀ। ਹਾਂਜੀ ਹਾਂਜੀ।